ਸ਼ਿਕਾਲ ਜੀ, ਸਵਾਗਤ ਹੈ ਰੋਜ਼ਾਨਾ ਟਾਈਮ ਤੇ। ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ। ਐਮਪੀ ਸਨੀ ਦਿਓਲ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਦੇ ਪ੍ਰਵਾਸੀਆਂ ਦਾ ਕਹਿਣਾ ਹੈ ਕਿ ਜਿੱਤਣ ਤੋਂ ਬਾਅਦ ਵੀ ਉਹ ਉਹਨਾਂ ਦਾ ਧੰਨਵਾਦ ਨਹੀਂ ਕਰਨ ਆਏ ਤੇ ਉਹਨਾਂ ਨੇ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕੀਤਾ ਤੇ ਉਹਨਾਂ ਨੇ ਮਦਦ ਦੀ ਮੰਗ ਵੀ ਕੀਤੀ, ਪਰ ਹਲੇ ਤੱਕ ਉਹਨਾਂ ਨੂੰ ਕੋਈ ਮਦਦ ਨਹੀਂ ਮਿਲੀ ਤੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਉਹਨਾਂ ਦਾ ਭਰੋਸਾ ਤੋੜਿਆ ਹੈ। ਉਹਨਾਂ ਨੇ ਚਿੱਠੀ ਲਿਖੀ ਤੇ ਲੋਕ ਸਭਾ ਸਪੀਕਰ ਨੂੰ ਮੰਗ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਨੀ ਦਿਓਲ ਨੂੰ ਅਹੁਦੇ ਤੋਂ ਵਾਂਝਾ ਕੀਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਜੋਤ ਸਿੰਘ ਗੁਰਦਾਸਪੁਰ ਤੋਂ। ਅੱਜ ਹੀ ਮੈਂ ਆਪਣੇ ਮਾਨਯੋਗ ਲੋਕ ਸਭਾ ਸਪੀਕਰ ਓਮ ਬਿਰਲਾ ਜੀ ਨੂੰ ਔਰ ਚੀਫ ਇਲੈਕਸ਼ਨ ਕਮਿਸ਼ਨਰ ਆਫ ਇੰਡੀਆ ਨੂੰ, ਆਪਣੇ ਅਰੁਣ ਗੋਇਲ ਜੀ ਨੂੰ, ਮੈਂ ਇੱਕ ਹੁਣੇ ਮਾਨਯੋਗ ਸੰਸਦ ਸਨੀ ਦਿਓਲ ਦੇ ਵਿਰੁੱਧ ਦੇ ਵਿੱਚ ਇੱਕ ਲੈਟਰ ਲਿਖ ਕੇ ਹਟਿਆ। ਉਹਦਾ ਕਾਰਨ ਇੱਕ ਇਹ ਆ ਵੀ ਜਿੱਦਾਂ ਗੁਰਦਾਸਪੁਰ ਇਲਾਕਾ ਜਿਹੜਾ ਉਹ ਬਾਰਡਰ ਇਲਾਕਾ ਆ ਔਰ ਬਾਰਡਰ ਇਲਾਕੇ ਦੀਆਂ ਵਧੇਰੇ ਸਮੱਸਿਆਵਾਂ ਹੁੰਦੀਆਂ, ਖੇਤੀ, ਸਿੱਖਿਆ, ਬੇਰੁਜ਼ਗਾਰੀ ਅਤੇ ਆਮ ਲੋਕਾਂ ਦੀ ਸੁਰੱਖਿਆ। ਆਪਾਂ ਦੇਖਦੇ ਹਾਂ ਵੀ ਹਰ ਦਿਨ ਕੋਈ ਨਾ ਕੋਈ ਬਾਰਡਰ 'ਤੇ ਕੋਈ ਨਾ ਕੋਈ ਐਕਟੀਵਿਟੀ ਜਿਹੜੀ ਆ ਉਹ ਚੱਲਦੀ ਰਹਿੰਦੀ ਆ ਔਰ ਬਾਰਡਰ ਇਲਾਕਾ ਇੱਕ ਸੈਂਸਿਟਿਵ ਸਾਡਾ ਇਲਾਕਾ ਆ ਔਰ ਇਹਦੇ ਵਿੱਚ ਲੋਕਾਂ ਦੀ ਸੁਰੱਖਿਆ, ਬੇਰੁਜ਼ਗਾਰੀ, ਉਹ ਖੇਤੀ ਵਰਗੀਆਂ ਜਿਹੜੀਆਂ ਸਮੱਸਿਆਵਾਂ ਨੇ ਸਾਡੀਆਂ ਮੁੱਖ ਸਮੱਸਿਆਵਾਂ ਨੇ। ਚਾਹੀਦਾ ਤਾਂ ਆਪਣੇ ਮਾਨਯੋਗ ਮੈਂਬਰ ਪਾਰਲੀਮੈਂਟ ਸਨੀ ਦਿਓਲ ਨੂੰ ਇਹ ਆ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਦਿੱਲੀ ਲੋਕ ਸਭਾ ਦੇ ਵਿੱਚ ਆ ਕੇ ਆਪਣੀ ਆਵਾਜ਼ ਚੱਕਣ, ਮਸਲੇ ਚੱਕਣ, ਕਿਉਂਕਿ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ। ਸਾਡਾ ਕੇਂਦਰ ਦੇ ਨਾਲ ਇੱਕ ਤਾਂ ਉਹ ਸੈਂਟਰ ਗੌਰਮੈਂਟ ਬੀਜੇਪੀ ਦੀ, ਇੱਕ ਸਾਡੀ ਸਟੇਟ ਗੌਰਮੈਂਟ ਬਿਲਕੁਲ ਹੀ ਪੈਰਲਲ, ਬਿਲਕੁਲ ਹੀ ਓਪੋਜ਼ਿਟ ਨੇ। ਇੱਕ ਤਾਂ ਸਾਡਾ ਪਹਿਲਾ ਕਨੈਕਸ਼ਨ ਠੀਕ ਨਹੀਂ ਹੈਗਾ। ਇੱਕ ਲੋਕ ਸਭਾ ਮੈਂਬਰ ਹੁੰਦਾ ਵਾ ਸਭ ਤੋਂ ਵਧੀਆ ਜਿਹੜਾ ਰਸਤਾ ਵਾ ਕਿ ਉਹ ਆਪਣੀ ਸਾਰੀ ਇਲਾਕੇ ਦੀਆਂ ਸਮੱਸਿਆਵਾਂ ਨੂੰ ਦਿੱਲੀ ਆਪਣੇ ਸਰਕਾਰ ਦੇ ਕੋਲ, ਜਾਂ ਸਭ ਤੋਂ ਵਧੀਆ ਜਿਹੜਾ ਤਰੀਕਾ ਉਹ ਲੋਕ ਸਭਾ ਸੈਸ਼ਨ ਦੇ ਵਿੱਚ ਜਾ ਕੇ ਉੱਥੇ ਚੱਕਣ। ਅਤੇ ਮੈਨੂੰ ਨਹੀਂ ਲੱਗਦਾ ਵੀ ਅਸੀਂ ਕਿਸੇ ਵੀ ਸਮੱਸਿਆ ਤੋਂ ਕੋਈ ਵਾਂਝੇ ਰਹਿ ਜਾਂਗੇ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ 2019 ਦੀਆਂ ਚੋਣਾਂ ਤੋਂ ਬਾਅਦ 5 ਲੱਖ ਦੇ ਕਰੀਬ ਵੋਟਾਂ ਪਾ ਕੇ ਇਲਾਕੇ ਦੇ ਲੋਕਾਂ ਨੇ ਉਹਨਾਂ ਨੂੰ ਜਿਤਾਇਆ ਔਰ ਬੜੀ ਉਮੀਦਾਂ ਦੇ ਨਾਲ ਵੀ ਚਲੋ ਇੱਕ ਤਾਂ ਸੈਲੀਬ੍ਰਿਟੀ ਸੀ ਵੀ ਚਲੋ ਯਾਰ ਸਾਡੇ ਲਈ ਕੁਛ ਭਲਾਈ ਦੇ ਕੰਮ ਕਰਨਗੇ ਜਾਂ ਸਾਡੇ ਲਈ ਕੁਛ ਹੋਰ ਸਮੱਸਿਆਵਾਂ ਜਾਂ ਜਿੱਦਾਂ ਹੋਰ ਸਾਡੀਆਂ ਉਹ ਹੱਲ ਕਰਨਗੇ। ਆ ਤੁਸੀਂ ਦੇਖ ਲਓ ਪਿੱਛੇ ਕਰੋਨਾ ਦੌਰ ਸੀਗਾ ਕਿ ਸਾਰੇ ਲੋਕ ਘਰਾਂ 'ਚ ਬੈਠੇ ਸੀਗੇ ਔਰ ਸਟੇਟ ਗੌਰਮੈਂਟ ਦੇ ਵੀ ਕਿਤੇ ਨਾ ਕਿਤੇ ਹੱਥ ਖੜ੍ਹੇ ਸੀਗੇ ਵੀ ਰਾਸ਼ਨ ਦੀ ਸਮੱਸਿਆ ਜਾਂ ਕਿਸੇ ਨੂੰ ਹਸਪਤਾਲ ਦੇ ਵਿੱਚ ਕੋਈ ਕੋਈ ਵੈਂਟੀਲੇਟਰ ਦੀ ਸਮੱਸਿਆ ਜਾਂ ਆਕਸੀਜਨ ਦੀ ਸਮੱਸਿਆ, ਪਰ ਕਿਤੇ ਵੀ ਇਹਨਾਂ ਦਾ ਕੋਈ ਜ਼ਿਕਰ ਨਹੀਂ। ਕੋਈ ਇਹਨਾਂ ਨੇ ਕਿਸੇ ਦੇ ਦੁੱਖ ਸੁੱਖ ਦੇ ਵਿੱਚ ਕੋਈ ਐਡਮਿਨਿਸਟ੍ਰੇਸ਼ਨ ਦੇ ਨਾਲ ਬੈਠ ਕੇ ਕੋਈ ਗੱਲਬਾਤ ਨਹੀਂ, ਕੋਈ ਕੁਛ ਨਹੀਂ। ਸੋ ਸਾਡੇ ਗੁਰਦਾਸਪੁਰ ਦੇ ਲੋਕ ਇਸ ਚੀਜ਼ ਤੋਂ ਕਾਫੀ ਖਫਾ ਨੇ, ਕਾਫੀ ਵਿਚਾਰੇ ਆਪਣੇ ਆਪ ਨੂੰ ਲੁੱਟਿਆ ਹੋਇਆ ਜਿੱਦਾਂ ਕਹਿੰਦੇ ਆ ਉਹ ਮਹਿਸੂਸ ਕਰਦੇ ਨੇ। ਸੋ ਮੈਂ ਆਪ ਦੀ ਆਪਣੀ ਨੈਤਿਕਤਾ ਦੇ ਆਧਾਰ 'ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹਾਂ। ਮੈਂ ਖੁਦ ਇੱਕ ਚੀਜ਼ ਦੀ ਪਹਿਲ ਕੀਤੀ ਆ ਕਿਉਂਕਿ ਸਾਡੇ ਗੁਰਦਾਸਪੁਰ ਦੇ ਲੋਕਾਂ ਨੂੰ ਜਿੱਦਾਂ ਪਹਿਲਾਂ ਭਰਮਾ ਕੇ ਵੱਡੇ ਵੱਡੇ ਵਾਅਦੇ ਦਿਖਾ ਕੇ ਉਹਨਾਂ ਦਾ ਵਿਸ਼ਵਾਸ ਜਿੱਤਿਆ ਗਿਆ, ਫਿਰ ਉਸ ਵਿਸ਼ਵਾਸ ਨੂੰ ਤੋੜਨਾ, ਔਰ ਮੈਨੂੰ ਨਹੀਂ ਲੱਗਦਾ ਵੀ ਆਪਣਾ ਲੋਕਤੰਤਰ ਕਿਸੇ ਵੀ ਐਸੇ ਲੀਡਰ ਜਾਂ ਕਿਸੇ ਆਗੂ ਨੂੰ ਕਿਸੇ ਵੀ ਅਹੁਦੇ 'ਤੇ ਬਣੇ ਰਹਿਣ ਦਾ ਕੋਈ ਹੱਕ ਦਿੰਦਾ ਵੀ ਜਦੋਂ ਤੁਸੀਂ ਲੋਕਾਂ ਦਾ ਭਰੋਸਾ ਲੋਕਤੰਤਰ ਦੇ ਵਿੱਚ ਤੋੜ ਕੇ ਤਾਂ ਤੁਸੀਂ ਆਪ ਆਪਣੇ ਨਜ਼ਾਰੇ ਲੈ ਕੇ ਕਿਤੇ ਬੈਠੇ ਹੋ, ਹਿਮਾਚਲ ਬੈਠੇ ਹੋ, ਮੁੰਬਈ ਬੈਠੇ ਹੋ, ਤਾਂ ਫਿਰ ਸਾਡੇ ਲੋਕਾਂ ਦਾ ਇੱਥੇ ਉਹਨਾਂ ਦਾ ਕੀ ਕਸੂਰ ਹੈ? ਸੋ ਮੈਂ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਣੇ ਮਾਨਯੋਗ ਜੋ ਸਾਡੇ ਕੋਲ ਰਸਤਾ ਇੱਕ ਮੈਂ ਇੱਕ ਪਹਿਲ ਕੀਤੀ ਆ, ਇੱਕ ਉੱਦਮ ਕੀਤਾ ਵਾ ਕਿ ਆਪਣੇ ਓਮ ਬਿਰਲਾ ਜੀ ਨੂੰ, ਆਪਣੇ ਮਾਨਯੋਗ ਲੋਕ ਸਭਾ ਸਪੀਕਰ ਅਤੇ ਚੀਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਮੈਂ ਪੱਤਰ ਲਿਖ ਕੇ ਉਹਨਾਂ ਨੂੰ ਬੇਨਤੀ ਕੀਤੀ ਆ। ਉਹ ਲੈਟਰ ਮੈਂ ਤੁਹਾਨੂੰ ਆਪਣੇ ਫੇਸਬੁੱਕ 'ਤੇ ਵੀ ਮੈਂ ਪਾਇਆ ਵਾ ਔਰ ਵੈਸੇ ਮੈਂ ਪੋਸਟ ਵੀ ਕਰ ਰਿਹਾ ਉਹਨਾਂ ਨੂੰ ਜਾ ਕੇ, ਔਰ ਇੱਕ ਮੈਂ ਉਹਨਾਂ ਨੂੰ ਅਪੀਲ ਕੀਤੀ ਆ ਵੀ ਇਹ ਸਾਰੀ ਚੀਜ਼ਾਂ ਨੂੰ ਰਿਵਿਊ ਕਰਕੇ ਘੱਟੋ ਘੱਟ ਲੋਕਾਂ ਦੇ ਹਿੱਤ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕੋਈ ਨਾ ਕੋਈ ਸਟੈਪ ਲਿਆ ਜਾਵੇ, ਉਹਨਾਂ ਦੀ ਲੋਕ ਸਭਾ ਮੈਂਬਰੀ ਨੂੰ ਰੱਦ ਕਰਕੇ ਕਿਸੇ ਹੋਰ ਲੋਕਲ, ਕਿਸੇ ਨੌਜਵਾਨ ਨੂੰ, ਕਿਸੇ ਹੋਰ ਕਿਸੇ ਲੀਡਰ ਨੂੰ ਜਿਹੜਾ ਯੋਗ ਆ ਉਹ ਆਪੇ ਲੋਕ ਦੇਖ ਲੈਣਗੇ ਇਲੈਕਸ਼ਨ ਦੇ ਵਿੱਚ ਵੀ ਕਿਹੜਾ ਯੋਗ ਆ ਕੌਣ ਨਹੀਂ, ਔਰ ਉਹਨੂੰ ਲੋਕਲ ਲੀਡਰ ਨੂੰ ਚੁਣ ਕੇ ਔਰ ਆਪਣੀਆਂ ਘੱਟੋ ਘੱਟ ਸਮੱਸਿਆਵਾਂ ਤਾਂ ਚਲੋ ਅਲੱਗ ਗੱਲ ਆ ਪਰ ਆਪਣੀ ਦੁੱਖ ਤਕਲੀਫ ਤਾਂ ਸਾਂਝੀ ਕਰ ਸਕਣ। ਔਰ ਇਸ ਸਾਰੇ ਘਟਨਾਕ੍ਰਮ 'ਤੇ ਮੈਂ ਹੁਣ ਤੱਕ ਤਾਂ ਸਮਝਦਾ ਆਇਆ ਸੀਗਾ 3.5 ਸਾਲ ਦੇ ਵਿੱਚ ਵੀ ਖੁਦ ਨੈਤਿਕਤਾ ਦੇ ਆਧਾਰ 'ਤੇ ਚਾਹੀਦਾ ਸੀ ਕਿ ਸਨੀ ਦਿਓਲ ਖੁਦ ਹੀ ਅਸਤੀਫਾ ਦੇ ਦਿੰਦੇ ਤਾਂ ਉਹ ਚੰਗਾ ਹੁੰਦਾ ਵੀ ਅਗਰ ਉਹਨਾਂ ਕੋਲ ਕੰਮ ਨਹੀਂ ਹੋ ਪਾ ਰਿਹਾ। ਬਟ ਬੜੀ ਹੈਰਾਨਗੀ ਵਾਲੀ ਗੱਲ ਆ ਵੀ 3.5 ਸਾਲ ਬੀਤ ਚੁੱਕੇ ਨੇ, ਅੱਗੇ 1.5 ਸਾਲ ਦਾ ਸਮਾਂ ਰਹਿ ਗਿਆ ਔਰ ਹਾਲੇ ਵੀ ਕੋਈ ਸਾਨੂੰ ਕੋਈ ਆਸ ਨਹੀਂ ਕਿ ਉਹ ਕੁਛ ਸਾਡੀ ਗੁਰਦਾਸਪੁਰ ਜ਼ਿਲ੍ਹੇ ਲਈ ਕੋਈ ਪ੍ਰੋਜੈਕਟ ਜਾਂ ਕੁਛ ਹੋਰ ਕੋਈ ਸਹੂਲਤ ਸਾਨੂੰ ਕੋਈ ਪ੍ਰਦਾਨ ਕਰ ਸਕੇ।